जिहड़ा करोना मुक चुका है उहदे उत्ते बार बार लाइव हो के आपदे भाषण दिते जा रहे ने, पर इन्हां किसानां दी हाल चाल क्यों नहीं पुछा जा रहा। काले कानूनों का विरोध करने के लिए एक पीसफुल शांतिपूर्वक जो प्रोटेस्ट है वह दिल्ली की सड़क के उत्ते होएगा। अपने आप च ही एक विलखण 74 सालों के इतिहास के पहली बारी होएगा। टीवी ते मैं खड़ा अज माझे दी धरती जिला गुरदासपुर सिटी गुरदासपुर विच जो 8 तरीक तो लैके हुण तक जिहड़ियां तैयारियां सी उह मुकम्मल हो चुकियां ने। मेरे नाल किसान आगू खड़े ने, होर मेरे वीर खड़े ने। पुछना चाहोंगे वीर जी, जिहड़ी 26 तरीक दी तैयारी सी मुकम्मल हो चुकी है? एक 26 उह सी जदों जथेबंदियां ने एक ऐलान कीता सी, ते उह 26 च साडी कामयाबी वी असीं संभू बार्डर तोड़ के सरकार नूं दस दित्ता सी। हुण वीर जी एक 26 जनवरी की कहना चाहोगे इस 26 जनवरी बारे? जी 26 जनवरी बारे तो सब तो पहले ये कहूँगा भी इतिहास के साड़ी जदों की हो संभाली उदों का पहली बार होने जा रहा भी एक आम लोगों ने अपनी किसान परेड कढ़न की गल की आ, वह भी सरकार नूं चेतावनी देने वास्ते। और 26 जनवरी नूं साढ़े भारत के संविधान दिवस मनाया जाता भी इस दिन साढ़े देश का संविधान बनया सी। पर मैं मोदी सरकार नूं पुछना चाहवांगा कि यह जिहड़ा संविधान हुण नवां किसानां दे उत्ते थोप दिता गया, की गल इह भारत तों बाहर दे किसान ने, इह किसे होर देश दे वासी ने? जिथों सारे भारत का अन्न चलता आ, रोटी पानी चलता, अज उन्हां ही किसानां नूं मारन का संविधान लागू कर दिता गया। और पिछले 4 महीनों तो पूरी ठंड के विच साडे किसान भरा सड़कां दे उपर बैठे ने, और इन्हां दा उन इस मोदी नूं कोई फिक्र नहीं है। जिहड़ा करोना मुक चुका है उहदे उत्ते बार बार लाइव हो के आपदे भाषण दिते जा रहे ने, पर इन्हां किसानां दी हाल चाल क्यों नहीं पुछा जा रहा? और जिहड़ी आ जथेबंदियां दी कॉल आ 26 जनवरी दी, ਉਹ ਤੇ ਅਸੀਂ ਕਿਸੇ ਵੀ ਹਾਲ ਦੇ ਵਿੱਚ ਇਹ ਪਰੇਡ ਹੁਣ ਕਰਕੇ ਹੀ ਰਵਾਂਗੇ। ਔਰ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਵੇਗਾ ਵੀ ਜਿੱਥੇ ਨਾਲ ਇੱਕ ਸਰਕਾਰੀ ਤੌਰ ਤੇ ਇੱਕ ਬੜੇ ਹੀ ਤਰੀਕੇ ਦੇ ਨਾਲ ਜਿਹਨੂੰ ਪੂਰਾ ਵਰਲਡ ਦੇਖਦਾ ਆ, ਹੁਣ ਇੱਕ ਵੱਖਰੀ ਪਰੇਡ ਹੋਏਗੀ ਜਿਹਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਊਗਾ। ਇਤਿਹਾਸ 'ਚ ਪਹਿਲੀ ਵਾਰ ਜਿਹੜੀ 26 ਜਨਵਰੀ ਆ ਕਿਸਾਨ ਮਨਾ ਰਹੇ ਨੇ, ਕੀ ਕਾਰਨ ਹੈ ਇਹਦਾ? ਵੇਖੋ, ਇਹ ਕਾਰਨ ਭਾਰਤ ਦੀ ਸਰਕਾਰ ਹੀ ਹੈ। ਜਦੋਂ ਵੀ 26 ਜਨਵਰੀ ਮਨਾਇਆ ਜਾਂਦਾ ਤੇ ਉਹਦੇ ਵਿੱਚ ਕਿਸਾਨ ਸ਼ਮੂਲੀਅਤ ਕਰਦੇ ਨੇ, ਪਰ ਉਹ ਸਰਕਾਰੀ ਪ੍ਰੋਟੋਕਾਲ ਦੇ ਨਾਲ ਉਹਦੇ ਵਿੱਚ ਸ਼ਮੂਲੀਅਤ ਕਰਦੇ ਨੇ। ਇਸ ਵਾਰੀ ਪਹਿਲੀ ਵਾਰ ਆ ਵੀ ਇਹ ਕਾਲੇ ਕਾਨੂੰਨ ਆਏ ਨੇ, ਤੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਨ ਦੇ ਲਈ ਇੱਕ ਪੀਸਫੁਲ ਸ਼ਾਂਤੀਪੂਰਵਕ ਜਿਹੜਾ ਪ੍ਰੋਟੈਸਟ ਹੈ ਉਹ ਦਿੱਲੀ ਦੀ ਸੜਕ ਦੇ ਉੱਤੇ ਹੋਏਗਾ। ਆਪਣੇ ਆਪ 'ਚ ਹੀ ਇੱਕ ਵਿਲੱਖਣ 74 ਸਾਲਾਂ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਏਗਾ ਵੀ ਕਿਸਾਨ ਟਰੈਕਟਰਾਂ ਦੇ ਨਾਲ ਆਪਣੇ ਪ੍ਰਾਤਨ ਜਿਹੜੇ ਸੰਦ ਨੇ ਉਹਨਾਂ ਕੰਬਾਈਨਾਂ ਦੇ ਨਾਲ, JCBਆਂ, ਹੋਰ ਜੋ ਵੀ ਇਹਨਾਂ ਕੋਲ ਸਾਧਨ ਨੇ, ਝਾਕੀਆਂ ਬਣਾ ਕੇ ਪੇਸ਼ ਕਰਨਗੇ ਵੀ ਆਪਣੇ ਆਪ 'ਚ ਹੀ ਦੁਨੀਆ ਵੇਖੇਗੀ ਵੀ ਕਿਸਾਨ ਜਿਹੜਾ ਇਹ ਭਾਰਤ ਦਾ, ਪੰਜਾਬ ਦਾ, ਹਰਿਆਣੇ ਦਾ, ਸਾਰੀਆਂ ਸਟੇਟਾਂ ਦਾ ਕਿਸਾਨ ਹੈ, ਇੱਕ ਅਲੱਗ ਤਰੀਕੇ ਦੇ ਨਾਲ ਇਹ ਸ਼ਾਂਤਮਈ ਜਿਹੜਾ ਪੀਸਫੁਲ ਪ੍ਰੋਟੈਸਟ ਕਰੇਗਾ। ਠੀਕ ਹੈ ਜੀ, ਤੁਸੀਂ ਦੇਖ ਰਹੇ ਹੋ ਕਿ ਜਿਹੜਾ ਉੱਥੋਂ ਦਾ ਸਿਸਟਮ ਕਿਸਾਨਾਂ ਨੇ ਬਣਾਇਆ ਹੋਇਆ ਉਹ ਸਰਕਾਰ ਨੂੰ ਕਿਤੇ ਬਿਹਤਰ ਆ, ਇਹਦੇ ਵਿੱਚ ਕੀ ਮਹਿਸੂਸ ਕਰਦੇ ਹੋ ਕਿ ਸਰਕਾਰ ਜਿਹੜੀ ਹੈ ਉਹ ਡਰੀ ਹੋਈ ਹੈ? ਔਰ 25 ਤਰੀਕ ਨੂੰ ਹੋ ਸਕਦਾ ਕਿ ਫੈਸਲਾ ਹੋ ਸਕਦਾ, ਸਰਕਾਰ ਇਹ ਕਾਲੇ ਕਾਨੂੰਨ ਰੱਦ ਕਰ ਸਕਦੀ ਹੈ? ਸਰ, ਇੱਕ ਤਾਂ ਮੇਰੇ ਖਿਆਲ ਨਾਲ ਇੱਕ ਮੀਟਿੰਗ ਅੱਜ ਵੀ ਹੈਗੀ ਉਹਨਾਂ ਨਾਲ। ਠੀਕ ਹੈ ਜੀ, ਜਿੱਥੋਂ ਤੱਕ ਤੁਸੀਂ ਸਿਸਟਮ ਦੀ ਗੱਲ ਕਹਿ ਰਹੇ ਹੋ, ਇੱਥੋਂ ਜਿਹੜਾ ਵੀ ਜਾਗਦੀ ਜ਼ਮੀਰ ਵਾਲਾ ਬੰਦਾ ਜਾ ਰਿਹਾ ਨਾ, ਉਹ ਖੁਦ ਹੀ ਇੱਕ ਸਿਸਟਮ ਹੈ। ਉਹ ਇੱਥੇ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈ ਰਹੀ। ਤੁਸੀਂ ਵੀ ਦੇਖਿਆ, ਇੰਨੇ ਦਿਨਾਂ ਤੋਂ ਲੱਖਾਂ ਲੋਕ ਉੱਥੇ ਇਕੱਠੇ ਹੋਏ ਨੇ, ਕਿਸੇ ਅਜੇ ਤੱਕ ਇੱਕ ਬੱਸ ਨੂੰ, ਕਿਤੇ ਕੋਈ ਟਰੱਕ ਨੂੰ, ਕਿਸੇ ਚੀਜ਼ ਨੂੰ, ਮਤਲਬ ਇੱਕ ਸਮਝ ਲਓ ਵੀ ਇੱਕ ਡੱਬੀ ਦੀ ਤੀਰ ਵੀ ਨਹੀਂ ਬਲੀ ਉੱਥੇ ਕਿਸੇ ਦੇ ਨੁਕਸਾਨ ਵਾਸਤੇ। ਚਲੋ ਲੰਗਰ ਬਣਾਉਣ ਵਾਸਤੇ ਤਾਂ ਸਾਰੇ ਕੁਝ ਕਰਦੇ ਹੀ ਨਾ, ਪਰ ਇਦਾਂ ਦਾ ਸ਼ਾਂਤਮਈ ਸੰਘਰਸ਼ ਸ਼ਾਇਦ ਸਾਡੇ ਪੁਰਖਾਂ ਨੇ ਵੀ, ਮਤਲਬ ਸਾਡੇ ਫਾਦਰ ਸਾਹਿਬ ਨੇ ਜਾਂ ਸਾਡੇ ਦਾਦਿਆਂ ਨੇ ਵੀ ਨਹੀਂ ਦੇਖਿਆ। ਆਜ਼ਾਦੀ ਤੋਂ ਬਾਅਦ ਦਾ ਬੜਾ ਵੱਡਾ ਸੰਘਰਸ਼ ਹੈ। ਬਟ ਇਹਦੇ ਵਿੱਚ ਇੱਕ ਗੱਲ ਇਹ ਕਹਿਣਾ ਚਾਹੁੰਦਾ ਵੀ ਅਸੀਂ ਡੈਮੋਕਰੇਟਿਕ ਲੋਕ ਹਾਂ, ਲੋਕਤੰਤਰ ਸਭ ਤੋਂ ਵੱਡਾ ਲੋਕਤੰਤਰ ਵਾ ਜਿਹੜਾ ਇੰਡੀਆ ਹੈ। ਇਹਦੇ ਵਿੱਚ ਜੇ ਆਪਾਂ ਸਮਝੀਏ ਤਾਂ ਮਤਲਬ ਸਰਕਾਰ ਨੂੰ, ਸਾਨੂੰ ਆਪ ਨੂੰ ਖੁਦ ਨੂੰ ਇਹ ਹੱਕ ਵਾ ਵੀ ਆਪਾਂ ਆਪਣਾ ਪ੍ਰੋਟੈਸਟ ਸ਼ਾਂਤਪੂਰਨ ਕਰ ਸਕਦੇ ਹਾਂ। ਉਹਨਾਂ ਨੇ ਸਾਰੇ ਹੱਥ ਕੰਡੇ ਵਰਤ ਕੇ ਵੇਖ ਲਏ ਆ, ਉੱਥੇ ਕੋਈ ਕੁਦਰਤ ਦੀ ਕਲਾ ਵਰਤਣ ਦੀ ਆ ਕਿ ਕੋਈ ਵੀ ਹੱਥ ਕੰਡਾ ਉਹਨਾਂ ਦਾ ਪਾਸ ਨਹੀਂ। ਗੋਦੀ ਮੀਡੀਆ ਨੇ ਇੱਧਰੋਂ ਉੱਧਰੋਂ ਸਭ ਕਰਕੇ, RSS ਵਾਲਿਆਂ ਨੇ ਸਾਰਾ ਕੁਝ ਕਰਕੇ ਦੇਖ ਲਿਆ, ਉੱਥੇ ਬੰਦੇ ਵੀ ਛੱਡ ਛੱਡ ਵੇਖ ਲਏ, ਪਰ ਉਹ ਕਿਉਂਕਿ ਮਾਲਕ ਦੀ ਇੱਕ ਉੱਥੇ ਇੱਦਾਂ ਦੀ ਕੋਈ ਕਲਾ ਵਰਤਣ ਦੀ ਆ ਕਿ ਉਹ ਸਾਰਾ ਕੁਛ ਹੀ ਕਿਸਾਨਾਂ ਦੇ ਹੱਕ ਪੱਕੀ ਹੋ ਰਿਹਾ। ਕਿਉਂਕਿ ਉੱਥੇ ਇੱਕ ਭੋਲਾ ਭਾਲਾ ਇਨਸਾਨ ਬੈਠਾ, ਗਰੀਬ, ਆਪਣਾ ਪਰਿਵਾਰ ਲੈ ਕੇ ਬੈਠਾ, ਸਾਰਾ ਕੁਝ, ਜਿਹਨੂੰ ਆਪਣੇ ਆਉਣ ਵਾਲੇ ਬੱਚਿਆਂ ਦੇ ਫਿਊਚਰ ਦੀ ਫਿਕਰ ਹੈ।
बिल्कुल ट्रालियां तैयार बर तैयार ने, राशन पानी अपने बिस्तरे लैके साडे बजुर्ग साडे नौजवान वीर बैठे ने। वीर जी छब्बी तक ही रहोगे कि जां उत्थे रहण दा प्रबंध है कोई? वीर जी अजे तां अपने वल्लों खुल्ली तैयारी आ, बाकी वेखो जे सरकार छब्बी दी गल मन जांदी तां अहीं छब्बी नूं वी वापस आ सकदे आ। भाजी दो परेडां हो रहीआं इस वार, एक जिहड़ी मोदी दी परेड होएगी, दूजी होगी किसान वीरां दी परेड। किहड़ी परेड वेखणा पसंद करोगे, मोदी वाली जां किसानां वाली? ਵੀਰ ਜੀ ਅਸੀਂ ਤਾਂ ਕਿਸਾਨ ਵਾ ਅਤੇ ਕਿਸਾਨਾਂ ਲਈ ਵੇਖਣੇ ਪਸੰਦ ਕਰਾਂਗੇ। ਸੋ ਛੱਬੀ ਨੂੰ ਵਾਪਸ ਆ ਜਾਓ ਕਿ ਜਾਂ ਉੱਥੇ ਰੁਕੋਗੇ? ਨਹੀਂ ਅਸੀਂ ਵਾਪਸ ਨਹੀਂ ਆਉਣਾ ਜੀ, ਜਿੰਨੀ ਦੇਰ ਸਾਡੇ ਇਹ ਤਿੰਨ ਕਾਲੇ ਕਾਨੂੰਨ ਜਿਹੜੇ ਜੱਟਾਂ ਦੇ ਨੇ ਲਾਗੂ ਕੀਤੇ ਆ, ਇਹ ਕੈਂਸਲ ਨਹੀਂ ਕਰ ਲੈਂਦਾ, ਰੱਦ ਨਹੀਂ ਕਰਦਾ, ਉਨੀ ਦੇਰ ਅਸੀਂ ਦਿੱਲੀ ਰਹਾਂਗੇ ਜੀ।